बेमौसमी बरसात कारण किसानों लिए समस्यावां पैदा हो रही हैं, जिसके चलते पठानकोट जिले के सरहदी पिंडा के किसानों लिए आफत बन गई है। पहला ही खेती की ज्यादा लागत कारण किसान परेशान हैं, उतों इस बेमौसमी बारिश कारण किसानों की कणक की फसल होर ज़्यादा खराब हो गई है। किसानों ने जो कर्ज लिया से उस हुण वो अपने गहने वेच के चुकाउण लई मजबूर हो रहे हैं। किसानों का कहना है कि मुआवजा तो दूर की गल है, हाले तक किसी ने उन्हां दी सार भी नहीं लई। ਇੱਥੇ ਕਣਕ ਜਿਹੜੀ ਹੈ ਸਾਰੀ 14 ਪਿੰਡ ਇੱਥੇ ਪਾਰ ਵੱਸਦੇ ਆ, 14 ਪਿੰਡਾਂ ਦੀ 75% ਰਕਬਾ ਜਿਹੜਾ ਖਰਾਬ ਹੋ ਗਿਆ ਬੇਮੌਸਮੀ ਬਾਰਿਸ਼ ਕਰਕੇ। ਅਤੇ ਇੱਥੇ ਰਕਬਾ ਕੁੱਲ ਜਿਹੜਾ ਕੋਈ 5000 ਏਕੜ ਦੇ ਕਰੀਬ ਖਰਾਬ ਹੋਇਆ, ਜਿਹਦੇ ਵਿੱਚ ਬਿਲਕੁਲ ਕੋਈ ਦਾਣਾ ਨਹੀਂ ਰਿਹਾ। ਕਰਜ਼ੇ ਵਾਲੇ ਜਿਹੜੇ ਉਹ ਆਇਆ ਕੇ ਆਖਣਡੇ 31 ਤੋਂ ਪਹਿਲਾਂ ਪੈਸੇ ਜਮ੍ਹਾਂ ਕਰਾਓ, ਉਹਨਾਂ 31 ਤੱਕ ਸਾਨੂੰ ਬਹੁਤ ਜ਼ਿਆਦਾ ਤੰਗ ਕਰਕੇ ਅਤੇ ਪਰੇਸ਼ਾਨ ਕੀਤਾ। ਸਾਡੇ ਬੇਮੌਸਮੀ ਬਰਸਾਤ ਕਾਰਨ 1000 ਏਕੜ ਕਿਲੇ ਜਿਹੜੇ ਆ ਤਬਾਹ ਹੋ ਚੁੱਕੇ ਆ। ਕੋਈ ਪ੍ਰਸ਼ਾਸਨ ਸਾਡੀ ਸਾਰ ਲੈਣ ਵਾਸਤੇ ਨਹੀਂ ਆਇਆ, ਕੋਈ ਅਧਿਕਾਰੀ ਨਹੀਂ ਆਇਆ। ਅਸੀਂ ਸਰਕਾਰ ਕੋਲ ਢੁਕਵਾਂ ਮਾਜਵਾ ਲੈਣ ਦੀ ਮੰਗ ਕਰਦੇ ਹਾਂ। ਕਣਕ ਜਿਹੜੀ ਹੈ ਮੈਂ ਮਰ ਗਈ ਹੈ ਸਾਰੀ, ਉੱਤੇ ਕਦੋਂ ਗਰਦੌਰੀਆਂ ਹੋਣਗੀਆਂ, ਕਦੋਂ ਸਾਨੂੰ ਮੁਆਵਜ਼ਾ ਮਿਲੇਗਾ? ਹਾਲੇ ਤੱਕ ਕੋਈ ਵੀ ਜਿਹੜਾ ਹੈ ਨਾ ਇੱਥੇ ਕੋਈ ਨਾ ਕੋਈ ਲੀਡਰ ਆਇਆ, ਨਾ DC ਸਾਹਿਬ ਆਏ ਨੇ, ਐਵੇਂ ਹੀ ਜ਼ਿਮੀਂਦਾਰ ਵਾਲੇ ਪਛਾਣ ਹੋ ਕੇ ਬੈਠੇ ਹੋਏ ਨੇ। ਇਹ ਕਦੋਂ ਦੇਣਗੇ ਸਾਨੂੰ ਮੁਆਵਜ਼ਾ ਤੇ ਕਦੋਂ? ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।